ਸਾਨੂੰ ਵੇਖੋ ਇੱਥੇ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਜਿਹੜੀ ਇਹ ਸਰਕਾਰ ਨਵੀਂ ਆਈ ਹੈ, ਜਿਹਨੂੰ ਆਮ ਆਦਮੀ ਦੀ ਸਰਕਾਰ ਕਹਿ ਦਿੰਦੇ ਆ ਕਿ ਮੈਂ ਆਮ ਘਰ ਦਾ ਮੁੰਡਾ, ਮੈਂ ਮਾਸਟਰ ਦਾ ਮੁੰਡਾ, ਜੇ ਇਹਨਾਂ ਨੇ ਲੜਾਈ ਸਾਡੀ ਲੜੀ ਹੁੰਦੀ ਤਾਂ ਸਾਨੂੰ, ਜੇ ਅੱਜ ਤਾਂ ਵਕੀਲ ਬਣ ਕੇ ਕਹਿੰਦੇ ਕਿ ਮੈਂ ਵਕੀਲ ਬਣ ਕੇ ਬੈਠਾ ਵਾਂ, ਜੇ ਇਹੀ ਵਕੀਲ 2 ਸਾਲਾਂ ਤੋਂ ਬਣੇ ਹੁੰਦੇ ਤਾਂ ਅੱਜ ਜਿਹੜੀ ਲੜਾਈ ਹੈ ਸਾਨੂੰ ਬਾਰਡਰਾਂ 'ਤੇ ਆ ਕੇ ਨਹੀਂ ਲੜਨੀ ਪੈਣੀ ਸੀ। ਇਹੀ ਭਗਵੰਤ ਮਾਨ ਦੀ ਸਰਕਾਰ, ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੈਂ ਨਸ਼ਾ 2 ਮਹੀਨਿਆਂ 'ਚ ਖਤਮ ਕਰ ਦੂੰਗਾ। ਜੇ 2 ਸਾਲ ਬੀਤ ਗਿਆ, ਲਗਾਤਾਰ ਸਾਡੇ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਉਹ ਖਤਮ ਹੁੰਦੇ ਜਾ ਰਿਹਾ, ਪਰ ਸਾਡੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ, ਉਵੇਂ ਹੀ ਸਰਕਾਰ ਨੂੰ ਇਹ ਨਾ ਲੱਗੇ ਕਿ ਕਿਤੇ ਗੱਲਬਾਤ ਤੋਂ ਭੱਜ ਰਿਹਾ, ਗੱਲਬਾਤ ਦਾ ਦੌਰ ਵੀ ਜਾਰੀ ਹੈ। ਸਾਡੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨਮਾਨ ਜੀ ਜਿਹੜੇ ਲਗਾਤਾਰ ਚੁਟਕੀਆਂ ਮਾਰ ਮਾਰ ਕੇ MSP ਦੀ ਗੱਲ ਕਰਦੇ ਹੁੰਦੇ ਸੀਗੇ ਕਿ ਮੈਨੂੰ ਸਾਡੇ ਕੇਜਰੀਵਾਲ ਬਾਪੂ ਦਾ ਕਹਿਣਾ ਵਾ ਕਿ ਸਾਨੂੰ ਸੱਤਾ 'ਚ ਲੈ ਕੇ ਆਓ ਅਤੇ 5 ਮਿੰਟ 'ਚ MSP ਦੀ ਗਰੰਟੀ ਲਵਾਂਗੇ, ਦੇਵਾਂਗੇ ਤੁਹਾਨੂੰ। ਪਰ ਅਸੀਂ ਚਾਹੁੰਦੇ ਹਾਂ ਕਿ ਬੀਬਾ ਜੀ ਤੁਹਾਡੇ ਵੱਲੋਂ ਇੱਕ ਵੀ ਬਿਆਨ ਨਹੀਂ ਆਇਆ। ਸ਼ੰਭੂ ਬਾਰਡਰ ਦੇ ਇਸ ਸਮੇਂ ਅਸੀਂ ਮੌਜੂਦ ਹਾਂ ਅਤੇ ਜਿੱਥੇ ਸਾਡੇ ਵੀਰ, ਸਾਡੇ ਨੌਜਵਾਨ, ਸਾਡੇ ਬਜ਼ੁਰਗ ਇਸ ਧਰਨੇ ਵਿੱਚ ਸਾਥ ਦੇ ਰਹੇ ਆ, ਉੱਥੇ ਸਾਡੇ ਬੀਬੀਆਂ ਭੈਣਾਂ ਵੀ ਅੱਜ ਇਸ ਧਰਨੇ ਦੇ ਵਿੱਚ ਪਹੁੰਚੀਆਂ ਨੇ। ਕਿਵੇਂ ਦੇਖਦੇ ਹੋ ਕਿ ਲਗਾਤਾਰ ਸਾਨੂੰ ਦੂਜੀ ਵਾਰ ਪਾਰਟ 2 ਲਾਉਣਾ ਪਿਆ ਅਤੇ ਮੰਗਾਂ ਅੱਜ ਤੱਕ ਨਹੀਂ ਮਿਲੀਆਂ? ਦੇਖੋ ਜੀ, ਪਿਛਲੇ 2 ਸਾਲ ਪਹਿਲਾਂ 13 ਮਹੀਨਿਆਂ ਦਾ ਲਗਾਤਾਰ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ। ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਦੀਆਂ ਮੰਗਾਂ ਸੀ, ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਅਸੀਂ 26 ਮਹੀਨੇ ਪੰਜਾਬ ਦੇ ਅੰਦਰ ਫਿਰ ਵੀ ਲੜਾਈ ਲੜਦੇ ਰਹੇ ਕਿ ਸਰਕਾਰ ਨੂੰ ਯਾਦ ਕਰਾਉਂਦੇ ਰਹੇ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਹੋਈਆਂ ਨੇ, ਇਹਨਾਂ ਨੂੰ ਲਾਗੂ ਕਰੋ। ਪਰ ਸਰਕਾਰ ਦੇ ਕੰਨ 'ਤੇ ਜੂਣੀ ਸਰਕੀ, ਦੁਬਾਰਾ ਫਿਰ ਤੋਂ ਸਾਨੂੰ ਦਿੱਲੀ ਵੱਲ ਨੂੰ ਜਾਣ ਵਾਸਤੇ ਮਜਬੂਰ ਹੋਣਾ ਪਿਆ, ਕਿਉਂਕਿ ਸਰਕਾਰਾਂ ਜਿਹੜੀਆਂ ਉਹ ਚੁੱਪ ਚਾਪ ਸਾਡਾ ਹੁੰਦਾ ਘਾਣ ਵੇਖ ਰਹੀਆਂ, ਨਾ ਕਿ ਕੁਛ ਕਰ ਰਹੀਆਂ ਸੀ। ਅਸੀਂ ਦਿੱਲੀ ਨੂੰ ਜਾਣ ਦਾ ਫੈਸਲਾ ਕੀਤਾ ਅਤੇ ਹਰਿਆਣੇ ਦੇ ਨਾਲ ਟੱਕਰ ਲੈਣ ਵਾਸਤੇ ਨਹੀਂ ਆਏ, ਅਸੀਂ ਆਪਣਾ ਹੱਕ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਸਤੇ ਦਿੱਲੀ ਵੱਲ ਨੂੰ ਜਾ ਰਹੇ ਹਾਂ। ਇਹ ਸਰਕਾਰ ਸਾਡੇ ਵਿੱਚ ਖਾਮ ਖਾ ਦਾ ਰੋੜਾ ਬਣ ਕੇ ਸਾਡੇ ਲੋਕਾਂ ਨੂੰ ਰੋਕ ਰਹੀ ਹੈ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਹਰਿਆਣਾ, ਪਰ ਪੰਜਾਬ ਦੇ ਏਰੀਏ 'ਚ ਆ ਕੇ ਇਹਨਾਂ ਨੇ ਜਿਹੜਾ ਆ ਬੰਦ ਕੀਤਾ ਰਸਤੇ ਨੂੰ, ਪੰਜਾਬ ਸਰਕਾਰ ਕਿਉਂ ਚੁੱਪ ਬੈਠੇ, ਕੀ ਲੱਗਦਾ? ਦੇਖੋ ਜੀ, ਪੰਜਾਬ ਦੇ ਅੰਦਰ ਸਾਡੇ 92 MLA ਬਣੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, 92 MLA ਦੇ ਵਿੱਚੋਂ 1 ਵੀ MLA ਦਾ ਕੋਈ ਬਿਆਨ ਨਹੀਂ ਹੈ, ਕਿਉਂਕਿ ਦੁਸ਼ਮਣ ਸਾਡੇ ਘਰ 'ਚ ਆ ਕੇ ਸਾਨੂੰ ਵਿਗਾੜ ਰਿਹਾ ਅਤੇ ਪਰ ਸਾਡੀ ਸਰਕਾਰ ਆ ਜਿਹੜੀ ਚੁੱਪ ਚਾਪ ਬੈਠੀ ਆ। ਇਹ ਤੁਸੀਂ ਸਾਰਿਆਂ ਨੇ ਦੇਖਿਆ ਕਿ ਲਗਾਤਾਰ ਇਹ ਚਿਹਰੇ ਬਦਲਣ ਦੇ ਨਾਲ ਕੁਛ ਨਹੀਂ ਹੁੰਦਾ, ਜਿਹੜੀਆਂ ਰਾਜਨੀਤੀਆਂ ਵਾ ਇਹ ਸਾਰੀਆਂ ਉੱਪਰ ਮਤਲਬ ਕਿ ਇਕੱਠੇ ਬੈਠੇ ਨੇ, ਇੱਕੋ ਹੀ ਥਾਲੀ 'ਚ ਖਾਣ ਵਾਲੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਰਾਜਨੀਤੀ ਕੀਤੀ ਆ। ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਮੈਂ ਵਿਚੋਲੇ ਦਾ ਕੰਮ ਕਰ ਰਿਹਾ, ਵਿਚੋਲਗੀ ਕਰ ਰਿਹਾ ਤੇ ਵਿਚੋਲਾ। ਦੇਖੋ ਜੀ, ਕਹਿਣ ਨੂੰ ਕੁਛ ਹੋਰ ਆ ਤੇ ਕਰਨ ਨੂੰ ਕੁਛ ਹੋਰ ਆ, ਜੇ ਉਹ ਕਹਿ ਰਿਹਾ ਹੁੰਦਾ ਤਾਂ ਪੰਜਾਬ ਹਰਿਆਣੇ ਦੀ ਅਜਿਹਾ ਜ਼ਰੂਰਤ ਨਹੀਂ ਸੀ ਕਿ ਸਾਡੇ ਏਰੀਏ 'ਚ ਆ ਕੇ ਸਾਨੂੰ ਵੰਗਾਰ ਜਾਂਦਾ। ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿ ਲਗਾਤਾਰ ਮੰਗਾਂ ਮਾਰ ਰਹੇ, ਅੱਜ ਵੀ ਅਸੀਂ ਆਏ ਹਾਂ, ਮੀਟਿੰਗਾਂ ਦਾ ਦੌਰ ਜਾਰੀ ਆ, ਪਰ ਹੱਲ ਕਿਉਂ ਨਹੀਂ ਨਜ਼ਰ? ਹੱਲ ਦੇਖੋ ਜੀ, ਅਣਖੀ ਪੰਜਾਬ ਹੈ, ਸੈਂਟਰ ਦੀਆਂ ਅੱਖਾਂ 'ਚ ਸਦਾ ਹੀ ਰੜਕਦਾ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਰੜਕਦਾ ਵੀ ਰਹੂਗਾ। ਮੰਗਾਂ ਮੰਨਣਾ ਨਾ ਮੰਨਣਾ ਮਰਜ਼ੀ ਉਹਨਾਂ ਦੀ ਹੈ, ਸਾਡਾ ਫਰਜ਼ ਹੈ, ਬਾਕੀ ਆਪਾਂ ਕਹਿੰਦੇ ਹੁੰਦੇ ਨਾ ਵੀ ਹੱਕ ਹੈ, ਜਿਹੜੇ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦੇਣੇ ਉਹ ਲੜ ਕੇ ਹੀ ਲੈਣੇ ਪੈਣੇ ਆ। ਬਾਕੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ, ਉਵੇਂ ਹੀ ਸਰਕਾਰ ਨੂੰ ਇਹ ਨਾ ਲੱਗੇ ਕਿ ਕਿਤੇ ਗੱਲਬਾਤ ਤੋਂ ਭੱਜ ਰਿਹਾ, ਗੱਲਬਾਤ ਦਾ ਦੌਰ ਵੀ ਜਾਰੀ ਹੈ ਅਤੇ ਨਾਲ ਆਪਣਾ ਜਿਹੜਾ ਸੰਘਰਸ਼ ਹੈ ਉਹ ਵੀ ਜਾਰੀ ਹੈ। ਬਿਲਕੁਲ ਸਰਕਾਰ ਨੂੰ ਕਾਹ ਤੋਂ ਡਰ ਲੱਗਦਾ? ਸ਼ਾਂਤੀ, ਆਪਣੀ ਸ਼ਾਂਤੀ ਤੋਂ। ਦੇਖੋ, ਆਪਾਂ ਵਾਰ ਵਾਰ ਇੱਕ ਹੀ ਚੀਜ਼ ਕਹਿ ਦਿੰਦੇ ਆ ਜੀ, ਇਹ ਹਥਿਆਰ ਲੈ ਕੇ ਆਏ, ਦੇਖੋ ਕਿਸੇ ਕੋਲ ਵੀ ਹੈਗੇ ਆ, ਸਾਡਾ ਝੰਡਾ ਅਤੇ ਡੰਡਾ ਇਹੀ ਸਾਡਾ ਹਥਿਆਰ ਹੈ, ਸ਼ਾਂਤੀ ਸਾਡਾ ਹਥਿਆਰ ਹੈ, ਜਿਸ ਤੋਂ ਸਰਕਾਰ ਬਹੁਤ ਜ਼ਿਆਦਾ ਡਰਦੀ ਹੈ, ਕਿਤੇ ਨਾ ਕਿਤੇ ਡਰੀ ਹੋਈ ਹੈ ਸਰਕਾਰ ਜਿਹੜੀਆਂ। ਸਾਨੂੰ ਵੇਖੋ, ਇੱਥੇ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਜਿਹੜੀ ਇਹ ਸਰਕਾਰ ਨਵੀਂ ਆਈ ਹੈ, ਜਿਹਨੂੰ ਆਮ ਆਦਮੀ ਦੀ ਸਰਕਾਰ ਕਹਿ ਦਿੰਦੇ ਆ ਕਿ ਮੈਂ ਆਮ ਘਰ ਦਾ ਮੁੰਡਾ, ਮੈਂ ਮਾਸਟਰ ਦਾ ਮੁੰਡਾ, ਜੇ ਇਹਨਾਂ ਨੇ ਲੜਾਈ ਸਾਡੀ ਲੜੀ ਹੁੰਦੀ ਤਾਂ ਸਾਨੂੰ, ਜੇ ਅੱਜ ਤਾਂ ਵਕੀਲ ਬਣ ਕੇ ਕਹਿੰਦੇ ਕਿ ਮੈਂ ਵਕੀਲ ਬਣ ਕੇ ਬੈਠਾ ਵਾਂ, ਜੇ ਇਹੀ ਵਕੀਲ 2 ਸਾਲਾਂ ਤੋਂ ਬਣੇ ਹੁੰਦੇ ਤਾਂ ਅੱਜ ਜਿਹੜੀ ਲੜਾਈ ਹੈ ਸਾਨੂੰ ਬਾਰਡਰਾਂ 'ਤੇ ਆ ਕੇ ਨਹੀਂ ਲੜਨੀ ਪੈਣੀ ਸੀ। ਠੀਕ ਹੈ, ਇੱਕ ਸੈਂਟਰ ਦੀਆਂ ਕੁਛ ਮੰਗਾਂ ਹੈਗੀਆਂ, ਪਰ ਪੰਜਾਬ ਸਰਕਾਰ ਜਿਹੜੀਆਂ ਹੱਲ ਕਰ ਸਕਦੀ ਆ? ਫਿਰ ਜੇ ਮਾਸਟਰ ਦਾ ਮੁੰਡਾ ਕਹਿੰਦਾ
ਜਿਵੇਂ ਤੁਸੀਂ ਦੱਸ ਦਿਓ ਕਿ ਪੰਜਾਬ ਦਾ ਕਿਸਾਨ ਦਾ ਪੁੱਤ ਕਹਿੰਦੇ ਆ, ਫਿਰ ਇਹ ਕਿਉਂ ਨਹੀਂ ਸੁਣਦੇ? ਦੇਖੋ ਜੀ, ਹਾਥੀ ਦੇ ਦੰਦ ਖਾਣ ਨੂੰ ਹੋਰ ਆ ਅਤੇ ਵਿਖਾਉਣ ਨੂੰ ਹੋਰ ਆ, ਅੰਦਰ ਸਾਰਾ ਕੁਛ ਉਹੀ ਹੈ, ਨੀਤੀਆਂ ਉਹੀ ਹੁੰਦੀਆਂ ਜਿਹੜੀਆਂ WTO ਤੈਅ ਕਰਦਾ ਵਾ। ਇਹੀ ਮੰਗ ਆਪਾਂ ਰੱਖੀ ਹੋਈ ਹੈ ਵਿੱਚ ਕਿ ਸਾਡਾ ਜਿਹੜਾ ਹਿੰਦੁਸਤਾਨ ਆ WTO ਤੋਂ ਵਿੱਚੋਂ ਬਾਹਰ ਆਉਣਾ ਚਾਹੀਦਾ ਵਾ, ਪਰ ਜਿੰਨਾ ਚਿਰ ਬਾਹਰ ਨਹੀਂ ਆ ਜਾਂਦਾ ਉਨਾ ਚਿਰ ਚਿਹਰੇ ਬਦਲਣ ਨਾਲ ਕੁਛ ਨਹੀਂ ਹੁੰਦਾ, ਜਿੰਨਾ ਚਿਰ ਸਿਸਟਮ ਨਹੀਂ ਬਦਲਿਆ ਜਾਂਦਾ ਜੀ। ਨੌਜਵਾਨੀ ਆ ਸਾਡੀ ਲਗਾਤਾਰ ਜਿਹੜੀ ਆ ਨੌਜਵਾਨੀ ਟਾਰਗੇਟ ਕੀਤਾ ਜਾਂਦਾ, ਇਸ ਵਾਰੀ ਇੱਥੇ ਵੀ ਦੇਖਿਆ ਸੀ ਨੌਜਵਾਨੀ ਟਾਰਗੇਟ ਕੀਤਾ ਗਿਆ, ਕੁਛ ਵਿਦੇਸ਼ਾਂ 'ਚ ਵੀ ਭੇਜੀ ਜਾਂਦੇ, ਟਾਰਗੇਟ ਵੀ ਕੀਤਾ ਜਾਂਦਾ, ਕਿਵੇਂ ਇਸ 'ਤੇ ਸੁਧਾਰ ਹੁੰਦਾ ਦਿਨ ਰਾਵੇ? ਦੇਖੋ ਜੀ, ਪੰਜਾਬ ਦੇ ਅੰਦਰ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਰੱਖਿਆ ਵਾ, ਜਿਹੜੀ ਇੱਕ ਛੋਟੀ ਜਿਹੀ ਸੂਈ ਆ ਸਾਡੇ ਧੀਆਂ ਪੁੱਤਾਂ ਨੂੰ ਕਿਵੇਂ ਨਸ਼ਟ ਕਰ ਰਹੀ ਉਹ ਅਸੀਂ ਸਾਰੇ ਹੀ ਵੇਖ ਰਹੇ ਹਾਂ। ਪਰ ਸਰਕਾਰਾਂ ਜੇ ਚਾਹੁਣ, ਇਹੀ ਭਗਵੰਤ ਮਾਨ ਦੀ ਸਰਕਾਰ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੈਂ ਨਸ਼ਾ 2 ਮਹੀਨਿਆਂ 'ਚ ਖਤਮ ਕਰ ਦੂੰਗਾ। ਜੇ 2 ਸਾਲ ਬੀਤ ਗਿਆ, ਲਗਾਤਾਰ ਸਾਡੇ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਉਹ ਖਤਮ ਹੁੰਦੇ ਜਾ ਰਹੇ ਆ, ਪਰ ਸਾਡੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਸਾਡੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨਮਾਨ ਜੀ ਜਿਹੜੇ ਲਗਾਤਾਰ ਚੁਟਕੀਆਂ ਮਾਰ ਮਾਰ ਕੇ MSP ਦੀ ਗੱਲ ਕਰਦੇ ਹੁੰਦੇ ਸੀਗੇ ਕਿ ਮੈਨੂੰ ਸਾਡੇ ਕੇਜਰੀਵਾਲ ਬਾਪੂ ਦਾ ਕਹਿਣਾ ਵਾ ਕਿ ਸਾਨੂੰ ਸੱਤਾ 'ਚ ਲੈ ਕੇ ਆਓ ਅਤੇ 5 ਮਿੰਟ 'ਚ MSP ਦੀ ਗਰੰਟੀ ਲਵਾਂਗੇ, ਦੇਵਾਂਗੇ ਤੁਹਾਨੂੰ। ਪਰ ਅਸੀਂ ਚਾਹੁੰਦੇ ਹਾਂ ਕਿ ਬੀਬਾ ਜੀ, ਤੁਹਾਡੇ ਵੱਲੋਂ ਇੱਕ ਵੀ ਬਿਆਨ ਨਹੀਂ ਆਇਆ ਅਤੇ ਲੋਕ MSP ਲੈਣ ਵਾਸਤੇ ਅੱਜ ਸੜਕਾਂ 'ਤੇ ਫੇਰ ਲੜ ਰਹੇ ਆ। ਲਗਾਤਾਰ ਨੌਜਵਾਨ ਜਿਹੜੇ ਅੱਗੇ ਜਾਂਦੇ ਆ ਜ਼ਖਮੀ ਹੋਏ ਨੇ, 250 ਸਾਡਾ ਨੌਜਵਾਨ ਜ਼ਖਮੀ ਵੀ ਹੋਇਆ ਹੈ। ਤੁਸੀਂ ਔਰਤ ਆਇਆ, ਤੁਹਾਡੇ ਪੁੱਤ ਵੀ, ਤੁਹਾਡੇ ਭਾਈ ਵੀ, ਤੁਹਾਡੇ ਪਤੀ ਵੀ ਅੱਗੇ ਜਾਂਦੇ ਆ, ਦਿਲ ਕੀ ਮਹਿਸੂਸ ਕਰਦਾ ਜਦੋਂ ਅੱਗੇ ਜਾ ਕੇ ਲੜਦੇ ਨੇ, ਕਿਉਂਕਿ ਉੱਧਰਲੇ ਤਾਂ ਧਾਰੀ ਬੈਠੇ ਨੇ ਕਿ ਅਸੀਂ ਟਾਰਗੇਟ ਕਰਨਾ ਆ? ਦੇਖੋ ਜੀ, ਬਹੁਤ ਦੁੱਖ ਹੁੰਦਾ ਵਾ, ਕਿਉਂਕਿ ਅਸੀਂ ਮੈਂ ਸਟੇਜ ਤੋਂ ਪਹਿਲਾਂ ਵੀ ਐਲਾਨ ਕਰਕੇ ਹਾਂ ਕਿ ਨੌਜਵਾਨਾਂ ਨੂੰ ਇੱਕ ਗੱਲ ਦੀ ਅਪੀਲ ਕਰਕੇ ਆਏ ਹਾਂ ਕਿ ਜਿਹੜੇ ਸਾਡੇ ਮੂਹਰੇ ਸਾਡੀ ਫੌਜ ਬਣ ਕੇ ਸਾਡੇ ਲੀਡਰ ਸਾਨੂੰ ਇੱਥੇ ਲੈ ਕੇ ਆਏ ਨੇ, ਘੱਟੋ ਘੱਟ ਉਹਨਾਂ ਦੇ ਜਾਬਤੇ ਦੇ ਵਿੱਚ ਰਹਿ ਕੇ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣੀ ਲੜਾਈ ਲੜਨੀ ਆ, ਕਿਉਂਕਿ ਸਾਡੀ ਲੜਾਈ ਇਹ ਨਹੀਂ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਇੱਥੋਂ ਜ਼ਖਮੀ ਕਰਵਾ ਕੇ ਲੈ ਕੇ ਜਾਈਏ। ਦੁੱਖ ਬਹੁਤ ਹੁੰਦਾ ਵਾ, ਪਰ ਇਹ ਪੰਜਾਬ ਦੇ ਉਹ ਵਾਰਸ ਨੇ ਕਹਿੰਦੇ ਨੇ ਕਿ ਮੰਨੂ ਸਾਡੀ ਸਿਮਰਤੀ, ਅਸੀਂ ਮੰਨੂ ਦੇ ਸੋਏ, ਉਹ ਜਿਉਂ-ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ, ਜਿਵੇਂ ਜਿਵੇਂ ਸਾਨੂੰ ਇਹ ਲੋਕ ਜੱਡ ਤੇ ਜ਼ਬਰ ਕਰਨਗੇ, ਉਸੇ ਤਰ੍ਹਾਂ ਸਾਡਾ ਪੰਜਾਬ ਆ ਜਿਹੜਾ ਉਹ ਲਗਾਤਾਰ ਉੱਠ ਕੇ ਸਾਡੇ ਮਗਰ ਆ ਰਿਹਾ ਆ। ਸਾਡੀ ਨੌਜਵਾਨੀ ਨੂੰ ਦੁੱਖ ਹੁੰਦਾ ਵਾ ਕਿ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਇੱਥੇ ਛਰੇ ਛੱਡ ਕੇ, ਥਰੂ ਗੈਸ ਦੇ ਗੋਲੇ ਛੱਡ ਕੇ ਸਾਡੇ ਨੌਜਵਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ। ਪਰ ਸਾਡੇ ਹੱਕ ਆ ਜੀ, ਅਸੀਂ ਅੱਜ ਨਾ ਬੋਲੇ, ਸਾਡੇ ਇਹ ਲੋਕ ਸਾਨੂੰ ਸਾਡੇ ਗਿੱਚੀ ਨੱਪ ਕੇ ਅਤੇ ਸਾਨੂੰ ਸਾਡੇ ਘਰਾਂ 'ਚ ਹੀ ਬੰਦ ਕਰ ਦੇਣਗੇ। ਜੇ ਸਾਡੇ ਆਪਦੇ ਹੱਕਾਂ ਵਾਸਤੇ ਅਸੀਂ ਅੱਜ ਇੱਥੇ ਨਾ ਲੜੇ ਤਾਂ ਇਹ ਸਰਕਾਰ ਨੇ ਸਾਨੂੰ ਜਾਣ ਜੋਗੇ ਨਹੀਂ ਛੱਡਣਾ। ਮੈਂ ਤਾਂ ਇਹੀ ਕਹੂੰਗੀ ਜੀ, ਸਰਕਾਰ ਦੇ ਦਿਲ ਵਿੱਚ ਨਾ ਬੜਾ ਵੱਡਾ ਭੁਲੇਖਾ ਸੀ, ਕਿਉਂਕਿ ਇਹਨਾਂ ਨੇ ਨਸ਼ਾ ਇੱਕ ਗੜ੍ਹ ਬਣਾ ਛੱਡਿਆ ਪੰਜਾਬ ਦੇ ਵਿੱਚ ਕਿ ਜਦੋਂ ਇੱਦਾਂ ਦੇ ਕੋਈ ਅੰਦੋਲਨ ਲੜੇ ਜਾਣ ਤਾਂ ਨੌਜਵਾਨੀ ਹੈ ਜਿਹੜੀ ਉਹ ਨਾ ਬਚੇ। ਪਰ ਜਿਹੜੀ ਨੌਜਵਾਨੀ ਹੈ, ਜਦੋਂ ਆ ਬੈਰੀਗੇਡ ਤੋੜੇ ਆ, ਅੱਜ ਨੌਜਵਾਨਾਂ ਨੇ ਦੱਸ ਦਿੱਤਾ ਜਿਵੇਂ ਕਿ ਕਿਸੇ ਦੀ ਉਹ ਸੱਦੇ ਦੀ ਉਡੀਕ ਕਰ ਰਹੇ ਸੀ ਕਿ ਕਦੋਂ ਕੋਈ ਆ ਉੱਠੇ ਤਾਂ ਸਾਨੂੰ ਸੱਦਾ ਦੇਵੇ ਕਿ ਆਓ ਦਿੱਲੀ ਨਾਲ ਲੜੀਏ, ਕਿਉਂਕਿ ਅਸਲ ਹੱਕ ਆ ਦਿੱਲੀ ਨਾਲ ਲੜ ਕੇ ਮਿਲਣੇ ਆ। ਜਿੰਨਾ ਚਿਰ ਲੜਦੇ ਨਹੀਂ ਇਹਨਾਂ ਨੇ ਘਰਾਂ 'ਚ ਬੈਠਿਆਂ ਨੂੰ ਗੁਲਾਮ ਕਰ ਲੈਣਾ, ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਇਸੇ ਕਰਕੇ ਤੁਹਾਡੇ ਚੈਨਲ ਜ਼ਰੀਏ ਅਪੀਲ ਕਰਦੇ ਆ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਬੈਠੇ ਆ ਅਤੇ ਅਣਖੀ ਆ ਅਤੇ ਜਿਨ੍ਹਾਂ ਦੇ ਜਾਗਦੀਆਂ ਜ਼ਮੀਰਾਂ, ਆਓ ਜੰਗ ਦੇ ਮੈਦਾਨ ਵਿੱਚ ਅਤੇ ਲੜੀਏ ਅਗਲੀ ਜੰਗ। ਬਹੁਤ ਖੂਬ ਹੈ ਕਿ ਲੜਨਾ ਸਾਨੂੰ ਪਵੇਗਾ, ਚਾਹੇ ਉਹ ਕਲਮ ਦੀ ਲੜਾਈ ਲੜੀ ਜਾਵੇ ਜਾਂ ਹਥਿਆਰ ਦੀ ਲੜਾਈ ਲੜੀ ਜਾਵੇ। ਕਹਿੰਦੇ ਨੇ ਕਿ ਜੇਕਰ ਬੀਬੀਆਂ ਭੈਣਾਂ ਖੁਦ ਘਰੋਂ ਜਿਹੜੀਆਂ ਤੁਰ ਪਈਆਂ ਨੇ ਹੁਣ ਮਿਸ਼ਨ ਦੇ ਲਈ, ਤਾਂ ਸਾਡੇ ਬਜ਼ੁਰਗ ਨੌਜਵਾਨ ਤਾਂ ਕਿਉਂ ਨਹੀਂ ਅੱਗੇ ਵਧਣਗੇ। ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ, PTC ਨਿਊਜ਼, ਸ਼ੰਭੂ ਬਾਰਡਰ।